ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਮੇਰਾ ਨਾਮ ਗੁਰਪ੍ਰੀਤ ਹੈ ਅਤੇ ਤੁਹਾਡਾ ਸਵਾਗਤ ਹੈ ਮੇਰੇ ਯੂਟਿਊਬ ਚੈਨਲ ਦੇ ਉੱਤੇ। ਅਤੇ ਮੈਂ ਇਸ ਚੈਨਲ ਦੇ ਉੱਤੇ ਵੈਸੇ ਤਾਂ ਵੀਡੀਓਜ਼ ਬਣਾਉਂਦਾ ਰਹਿੰਦਾ ਹਾਂ ਕਹਾਣੀਆਂ ਦੇ ਉੱਤੇ, ਜਾਨਵਰਾਂ ਦੇ ਉੱਤੇ, ਬਟ ਇਹ ਮੈਂ ਪਹਿਲੀ ਵਾਰ ਵਲੌਗ ਸ਼ੂਟ ਕਰ ਰਿਹਾ ਅਤੇ ਮੈਂ ਆਸ਼ਾ ਕਰਦਾ ਕਿ ਤੁਸੀਂ ਮੈਨੂੰ ਸਪੋਰਟ ਜ਼ਰੂਰ ਕਰੋਗੇ। ਇਹ ਹੈ ਮੇਰਾ ਡੌਗੀ, ਮੇਰਾ ਪਿਆਰਾ ਡੌਗੀ ਟਾਈਸਨ। ਅਤੇ ਮੈਂ ਚਾਹੁੰਦਾ ਅੱਜ ਮੈਂ ਪਹਿਲਾ ਵਲੌਗ ਇਹਦੇ ਨਾਲ ਸ਼ੂਟ ਕਰਾਂ ਔਰ ਹੁਣ ਮੈਂ ਇਹਦੇ ਨਾਲ ਜਾਊਂਗਾ ਘੁੰਮਣ। ਅਸੀਂ ਸੋਚਿਆ ਕਿ ਸੈਰ ਕਰ ਲਈਏ। ਚਲੋ ਟਾਈਸਨ, ਚਲੋ ਆ ਜਾ, ਚਲੋ ਆ ਜਾ। ਹਾਂ ਟਾਈਸਨ ਦੋਸਤੋ, ਹੁਣ ਸਾਡਾ ਟਾਈਸਨ ਨਾਲ ਘੁੰਮਣ ਦਾ ਟਾਈਮ ਹੋ ਚੁੱਕਿਆ ਔਰ 5 ਵੱਜ ਚੁੱਕੇ ਆ ਅਤੇ ਐਸੀ ਟਾਈਮ ਅਸੀਂ ਘੁੰਮਣ ਜਾਂਦੇ ਹੁੰਦੇ। ਟਾਈਸਨ ਦਾ ਪਟਾ ਕੀ ਹੋ ਗਿਆ? ਆ ਲੈ ਇੱਧਰ ਆ ਟਾਈਸਨ, ਪਟਾ ਪਾ। ਚਲੋ ਵੀ ਘੁੰਮਣ ਦਾ ਟਾਈਮ ਹੋ ਚੁੱਕਿਆ ਦੋਸਤੋ। ਇਹ ਹੈ ਟਾਈਸਨ ਦੀ ਫਰੈਂਡ ਔਰ ਬਹੁਤ ਪੁਰਾਣੀ ਫਰੈਂਡ। ਦੋਸਤੋ ਅਸੀਂ ਜ਼ਿਆਦਾ ਦੂਰ ਤਾਂ ਨਹੀਂ ਜਾ ਸਕਦੇ ਬਟ ਹਾਂ, ਜਿਵੇਂ ਸਾਡੇ ਘਰ ਤੋਂ ਅੱਧਾ ਕਿਲੋਮੀਟਰ ਜਾਂ 1 ਕਿਲੋਮੀਟਰ ਦੀ ਦੂਰੀ 'ਤੇ ਜੇ ਕੋਈ ਜਾਨਵਰ ਜਾਂ ਇਨਸਾਨ ਵੀ ਭੁੱਖਾ ਮਰ ਰਿਹਾ, ਪਿਆਸਾ ਮਰ ਰਿਹਾ ਤਾਂ ਸਾਨੂੰ ਉਸਦੀ ਹੈਲਪ ਜ਼ਰੂਰ ਕਰਨੀ ਚਾਹੀਦੀ ਆ, ਕਿਉਂਕਿ ਸਾਨੂੰ ਵੀ ਪਤਾ ਨੌਕਰੀ ਪੇਸ਼ੇ ਲੋਕਾਂ ਦੇ ਕੋਲ ਇੰਨਾ ਟਾਈਮ ਨਹੀਂ ਹੁੰਦਾ ਕਿ ਉਹ ਮਤਲਬ ਸਰ ਕਿਤੇ ਦੂਰ ਜਾ ਸਕਣ ਜਾਂ ਕਿਸੇ ਦੂਰ ਜਾ ਕੇ ਕਿਸੇ ਦੀ ਮਦਦ ਕਰ ਸਕਣ। ਲੇਕਿਨ ਅਸੀਂ ਆਪਣੇ ਆਸ ਪਾਸ ਕਿਸੇ ਨੂੰ ਅਸੀਂ ਆਪਣੇ ਆਸ ਪਾਸ ਦੇ ਲੋਕਾਂ ਦੀ ਮਦਦ ਤਾਂ ਕਰ ਸਕਦੇ ਹਾਂ, ਭਾਵੇਂ ਅੱਧਾ ਕਿਲੋਮੀਟਰ ਹੀ ਦੂਰੀ 'ਤੇ ਹੋਵੇ। ਜੇ ਕੋਈ ਜਾਨਵਰ ਭੁੱਖਾ ਪਿਆਸਾ ਮਰ ਰਿਹਾ ਤਾਂ ਉਸਦੀ ਮਦਦ ਜ਼ਰੂਰ ਕਰੋ। ਚਲ ਟਾਈਸਨ ਚੱਲੀਏ ਅੱਗੇ। ਦੋਸਤੋ ਇੱਕ ਮੈਂ ਹੋਰ ਗੱਲ ਕਰਨੀ ਆ। ਅੱਜ ਕੱਲ੍ਹ ਤੁਸੀਂ ਪਾਰਬੋ ਬਿਮਾਰੀ ਦਾ ਨਾਮ ਤਾਂ ਸੁਣਿਆ ਹੀ ਹੋਏਗਾ ਅਤੇ ਕੋਸ਼ਿਸ਼ ਕਰੋ ਆਪਣਾ ਜੇ ਕੋਈ ਤੁਹਾਡੇ ਕੋਲ ਪੈਟ ਹੈ
ਤਾਂ ਉਸ ਨੂੰ ਕੋਸ਼ਿਸ਼ ਕਰੋ ਕਿ ਦੂਸਰੇ ਜਿਹੜੇ ਸਟ੍ਰੇ ਡੌਗਸ ਆ ਉਹਨਾਂ ਦੀ ਮਤਲਬ ਉਹਨਾਂ ਤੋਂ ਦੂਰ ਰੱਖੋ ਜਾਂ ਉਹਨਾਂ ਦੀ ਪੌਟੀ ਤੋਂ ਵੀ ਦੂਰ ਰੱਖੋ। ਦੋਸਤੋ ਇਹ ਦੇਖੋ, ਇਹ ਵੀ ਟਾਇਸਨ ਦਾ ਫਰੈਂਡ ਆ, ਟਾਇਸਨ ਨੂੰ ਰੋਜ਼ ਮਿਲਣ ਆਉਂਦਾ। ਦੋਸਤੋ ਅਸੀਂ ਹਰ ਜਗ੍ਹਾ ਟਾਇਸਨ ਨੂੰ ਨਹੀਂ ਘੁਮਾ ਸਕਦੇ, ਕਿਉਂਕਿ ਨਾ ਹਰ ਪਹਿਲਾਂ ਅਸੀਂ ਦੂਸਰੀ ਸਾਈਡ ਲੈ ਕੇ ਜਾਂਦੇ ਹੁੰਦੇ ਸੀ, ਉਸ ਸਾਈਡ, ਔਰ ਉਸ ਸਾਈਡ ਬਹੁਤ ਲੋਕਾਂ ਨੇ, ਇੱਕ ਤਾਂ ਸਾਰਿਆਂ ਨੇ ਘਰ ਕੁੱਤੇ ਰੱਖੇ ਹੋਏ ਅਤੇ ਕਦੀ ਟਾਇਸਨ ਉਹਨਾਂ ਨੂੰ ਪੈ ਜਾਂਦਾ, ਕਦੀ ਉਹ ਟਾਇਸਨ ਨੂੰ ਪੈ ਜਾਂਦੇ। ਇੱਕ ਵਾਰੀ ਉਹਨਾਂ ਨੇ ਪਿੱਟ ਬੋਲ ਖੁੱਲ੍ਹਾ ਛੱਡਿਆ ਹੋਇਆ ਸੀ ਅਤੇ ਟਾਇਸਨ ਨੂੰ ਪੈ ਗਿਆ, ਫਿਰ ਦੋਨਾਂ ਨੂੰ ਛਡਾਉਣਾ ਔਖਾ ਹੋ ਗਿਆ ਸੀ। ਐਕਚੁਅਲੀ ਸਾਡੇ ਸਾਈਡ ਟਾਇਸਨ ਨੂੰ ਘੁਮਾਉਣਾ ਕੋਈ ਜ਼ਿਆਦਾ ਮੁਸ਼ਕਿਲ ਗੱਲ ਨਹੀਂ ਹੈ, ਖੇਤੀਬਾੜੀ ਵਾਲਾ ਏਰੀਆ, ਕੋਈ ਮਾਇੰਡ ਵੀ ਨਹੀਂ ਕਰਦਾ। ਇਹ ਦੇਖੋ ਇਹ ਰੇਲਵੇ ਟਰੈਕ ਹੈ, ਇੱਥੇ ਪਤਾ ਨਹੀਂ ਕਿੰਨੇ ਜਾਨਵਰ, ਪਤਾ ਨਹੀਂ ਲੱਗਦਾ ਕਦੋਂ ਕਿਹੜੇ ਵੇਲੇ ਇਹਨਾਂ ਦੀ ਮੌਤ ਹੋ ਜਾਵੇ। ਇੱਥੇ ਟਰੈਕ ਦੇ ਉੱਤੇ ਕਿੰਨੀ ਵਾਰ ਇਸ ਤਰ੍ਹਾਂ ਹੋਇਆ ਕਿ ਲਾਸ਼ਾਂ ਮਿਲੀਆਂ ਜਾਨਵਰਾਂ ਦੀਆਂ, ਉਹਨਾਂ ਦੀ ਲਾਸ਼ਾਂ ਇੱਥੇ ਸੜ ਜਾਂਦੀਆਂ। ਜੇ ਕੋਈ ਸਾਨੂੰ ਦਿਖ ਜਾਵੇ ਅਸੀਂ ਜ਼ਰੂਰ ਮਦਦ ਕਰਦੇ ਹਾਂ, ਬਟ ਜੇ ਸਾਨੂੰ ਨਾ ਦਿਖੇ ਤਾਂ ਪਤਾ ਨਹੀਂ ਲੱਗਦਾ, ਜਾਨਵਰ ਦੀ ਲਾਸ਼ ਉੱਥੇ ਸੜ ਸੜ ਕੇ ਖਤਮ ਹੋ ਜਾਂਦੀ ਆ, ਦੂਸਰੇ ਜਾਨਵਰ ਖਾ ਜਾਂਦੇ ਆ। ਹੋਰ ਗੱਲ ਕਰਨੀ ਆ ਅਤੇ ਕਿ ਇਹ ਮੇਰਾ ਪਹਿਲਾ ਵਲੌਗ ਹੈ ਅਤੇ ਇਹ ਡਿਪੈਂਡ ਕਰੇਗਾ ਕਿੰਨੇ ਲੋਕ ਮੈਨੂੰ ਸਬਸਕ੍ਰਾਈਬ ਕਰਦੇ ਆ ਉਸ ਦੇ ਉੱਤੇ ਕਿ ਮੈਂ ਹੋਰ ਵਲੌਗ ਬਣਾਵਾਂ। ਅਗਰ ਮੈਨੂੰ ਕੋਈ ਕੌਨਫੀਡੈਂਸ ਨਹੀਂ ਹੈਗਾ ਕਿ ਮੈਂ ਵਲੌਗਿੰਗ ਕਰ ਸਕਦਾ, ਬਟ ਜੇ ਮੈਨੂੰ ਅੱਛਾ ਰਿਸਪੋਂਸ ਮਿਲੇਗਾ ਤਾਂ ਮੈਂ ਹੋਰ ਵਲੌਗ ਕਰੂੰਗਾ। ਮੈਂ ਐਕਚੁਅਲੀ ਸੋਚ ਰਿਹਾ ਕਿ ਅਲੱਗ ਅਲੱਗ ਜਗ੍ਹਾ ਜਾ ਕੇ ਅਲੱਗ ਅਲੱਗ ਜਾਨਵਰਾਂ ਦੀ ਮਦਦ ਕਰਕੇ ਵਲੌਗਿੰਗ ਸ਼ੁਰੂ ਕਰਾਂ ਤਾਂ ਕਿ ਲੋਕਾਂ ਨੂੰ ਵੀ ਸਹੀ ਮੈਸੇਜ ਮਿਲੇ। ਅਤੇ ਮੈਂ ਉਮੀਦ ਕਰਦਾ ਕਿ ਤੁਸੀਂ ਮੈਨੂੰ ਜ਼ਰੂਰ ਸਪੋਰਟ ਕਰੋਗੇ। ਇਹ ਦੇਖੋ ਔਰ ਇਹ ਟਾਇਸਨ ਦੇ ਦੋਸਤ, ਇਹਨਾਂ ਨੇ ਆਉਣਾ ਵੀ ਕਿ ਜਦੋਂ ਟਾਇਸਨ ਘੁੰਮਣ ਜਾਊਗਾ ਤਾਂ ਅਸੀਂ ਜਾਵਾਂਗੇ, ਟਾਇਸਨ ਵਾਪਸ ਜਾਊਗਾ ਤਾਂ ਵਾਪਸ ਜਾਵਾਂਗੇ। ਦੋਸਤੋ ਇੱਕ ਗੱਲ ਹੋਰ ਹੈ ਕਿ ਮੈਂ ਯੂਟਿਊਬ ਚੈਨਲ ਇਸ ਕਰਕੇ ਬਣਾਇਆ ਕਿਉਂਕਿ ਬਹੁਤ ਭਾਵੇਂ ਲੇਟ ਹੋ ਗਿਆ, ਬਟ ਮੈਨੂੰ ਥੋੜ੍ਹਾ ਜਿਹਾ ਸ਼ੌਂਕ ਵੀ ਉੱਠਿਆ, ਪਲੱਸ ਮੈਂ ਚਾਹੁੰਦਾ ਸੀਗਾ ਕਿ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ, ਜੇ ਮੇਰੇ 'ਚ ਹਿੰਮਤ ਹੈ
ਤਾਂ ਮੈਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਅਵੇਅਰ ਕਰਾ ਸਕਾਂ, ਸਹੀ ਮੈਸੇਜ ਦੇ ਸਕਾਂ। ਅਤੇ ਮੈਂ ਉਮੀਦ ਕਰਦਾ ਹਾਂ ਕਿ ਮੈਂ ਇਸ ਵੀਡੀਓ ਦੇ ਰਾਹੀਂ ਜਾਂ ਇਸ ਚੈਨਲ ਦੇ ਰਾਹੀਂ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਨੂੰ ਸਹੀ ਫੈਕਟਸ ਅਤੇ ਓਰੀਜਨਲ ਰੀਅਲ ਸਟੋਰੀਜ਼ ਤੋਂ ਵਾਕਿਫ ਕਰਾਵਾਂ। ਇਹ ਦੇਖੋ ਦੋਸਤੋ, ਇਹ ਵੀ ਟਾਈਸਨ ਦੇ ਦੋਸਤ ਹੀ ਆ, ਬਟ ਇਹ ਹਾਲੇ ਪੱਪੀਜ਼ ਆ। ਵਿਚਾਰਿਆਂ ਦੀ ਲਾਈਫ ਦੇਖੋ, ਕੂੜੇ ਦੇ ਉੱਤੇ ਪੈਦਾ ਹੋਏ, ਬਟ ਠੀਕ ਹੈ, ਇਹਨਾਂ ਨੂੰ ਖਾਣਾ ਮਿਲ ਜਾਂਦਾ, ਸ਼ੈਲਟਰ ਮਿਲ ਜਾਂਦਾ, ਬਟ ਸਾਰਾ ਦਿਨ ਕੂੜੇ ਦੇ ਉੱਤੇ ਰਹਿੰਦੇ ਆ, ਬਹੁਤ ਬੁਰਾ ਲੱਗਦਾ। ਦੋਸਤੋ, ਕੱਲ੍ਹ ਕੀ ਹੋਇਆ ਕਿ ਮੈਂ ਸੜਕ 'ਤੇ ਜਾ ਰਿਹਾ ਸੀ, ਸਾਡੇ ਬੈਕ ਸਾਈਡ ਰੋਡ ਹੈ, ਉੱਥੇ ਸੜਕ ਦੇ ਉੱਤੇ ਖੰਬੇ ਦੇ ਨਾਲ ਬਿਲਕੁਲ ਨਾਲ ਸੜਕ ਦੇ ਇੱਕ ਗਾਂ ਬੰਨ੍ਹੀ ਹੋਈ ਸੀ ਰੱਸੇ ਦੇ ਨਾਲ, ਅਤੇ ਪਤਾ ਨਹੀਂ ਉੱਥੇ ਕਿਉਂ ਬੰਨ੍ਹੀ ਹੋਈ ਸੀ। ਮੈਂ ਤੁਹਾਨੂੰ ਪੂਰਾ ਕਾਰਨ ਦੱਸਦਾ। ਐਕਚੁਅਲੀ ਫਿਰ ਮੈਂ ਦੇਖਿਆ ਕਿ ਧੁੰਦ ਆ ਅਤੇ ਕੋਈ ਵੀ ਟਰੱਕ ਆ ਕੇ ਗਾਂ ਨੂੰ ਕੁਚਲ ਸਕਦਾ, ਮਾਰ ਸਕਦਾ, ਉਹ ਬਿਲਕੁਲ ਸੜਕ ਦੇ ਨਾਲ ਖੰਬਾ ਸੀ। ਅਤੇ ਮੈਂ ਫਿਰ ਕੀ ਕੀਤਾ, ਉਸ ਗਾਂ ਨੂੰ ਖਾਣਾ ਖਿਲਾਇਆ ਔਰ ਖੁੱਲ੍ਹਾ ਛੱਡ ਦਿੱਤਾ। ਉੱਥੇ ਆਲੇ ਦੁਆਲੇ ਕੂੜਾ ਸੀ ਅਤੇ ਮੈਂ ਆਲੇ ਦੁਆਲੇ ਲੋਕਾਂ ਨੂੰ ਪੁੱਛਿਆ, ਮੈਂ ਕਿਹਾ ਇਹਨੂੰ ਇੱਥੇ ਕਿਉਂ ਬੰਨਿਆ ਹੋਇਆ? ਤਾਂ ਉਹਨਾਂ ਦਾ ਕਹਿਣਾ ਸੀਗਾ ਕਿ ਕਿਉਂਕਿ ਇਸਨੇ ਇਸ ਗਾਂ ਨੇ ਦੁੱਧ ਦੇਣਾ ਬੰਦ ਕਰ ਦਿੱਤਾ, ਇਸ ਕਰਕੇ ਇਸ ਦਾ ਮਾਲਕ ਪਰੇਸ਼ਾਨ ਹੈ ਔਰ ਇਸ ਤੋਂ ਪਿੱਛਾ ਛੁਡਾਉਣਾ ਚਾਹੁੰਦਾ। ਇਹ ਅਸਲੀਅਤ ਹੈ ਇਨਸਾਨਾਂ ਦੀ, ਆਪਣਾ ਮਤਲਬ ਜਦੋਂ ਨਿਕਲ ਗਿਆ ਉਦੋਂ ਕੰਮ ਖਤਮ। ਦੋਸਤੋ, ਇੱਕ ਗੱਲ ਹੋਰ ਆ, ਜਦੋਂ ਵੀ ਤੁਸੀਂ ਆਪਣੇ ਪੈਟ ਨੂੰ ਬਾਹਰੋਂ ਘੁਮਾ ਕੇ ਘਰ ਆਉਂਦੇ ਆ ਤਾਂ ਇੱਕ ਹੋਰ ਗੱਲ ਦਾ ਧਿਆਨ ਰੱਖਣਾ। ਜਿਵੇਂ ਹੁਣ ਤੁਸੀਂ ਪਤਾ ਕਿ ਕਿਵੇਂ ਦੀ ਰੋਡ ਸੀ, ਤਾਂ ਮੈਂ ਇੱਕ ਦਿਨ ਨੋਟ ਕੀਤਾ ਕਿ ਟਾਈਸਨ ਲੰਗੜਾ ਕੇ ਚੱਲ ਰਿਹਾ, ਅਤੇ ਬਾਅਦ ਵਿੱਚ ਪਤਾ ਲੱਗਾ ਕਿ ਉਹਦੇ ਪੈਰਾਂ ਦੇ ਵਿੱਚ ਕੰਢੇ ਖੁੱਭੇ ਹੋਏ ਸੀ। ਅਤੇ ਘਰ ਆ ਕੇ ਇੱਕ ਵਾਰੀ ਆਪਣੇ ਪੈਟ ਦਾ ਪੈਰ ਜ਼ਰੂਰ ਚੈੱਕ ਕਰ ਲਿਆ ਕਰੋ, ਕਿਉਂਕਿ ਕਈ ਵਾਰ ਉਹਨਾਂ ਦੇ ਕੰਢੇ ਖੁੱਭੇ ਹੁੰਦੇ ਆ ਔਰ ਉਹ ਖੁਦ ਤਾਂ ਦੱਸ ਨਹੀਂ ਸਕਦੇ, ਉਹਨਾਂ ਦੇ ਲੰਗੜੇ ਚੱਲਣ ਤੋਂ ਪਤਾ ਲੱਗਦਾ ਕਿ ਹਾਂ ਬਈ ਉਹਨਾਂ ਦੇ ਕੰਢੇ ਖੁੱਭੇ ਹੋਏ ਆ। ਪਤਾ ਨਹੀਂ, ਆਪਣੇ ਆਪ ਹੀ ਟੁੱਟ ਗਿਆ। ਮਾਣਾ ਵੀ ਕਹਿੰਦਾ ਜਦੋਂ ਮੈਂ ਆਇਆ ਉਦੋਂ ਦੇਖਿਆ। ਹਾਂ, ਦੋਸਤੋ, ਅਸੀਂ ਨਾ ਇੱਥੇ ਜਾਨਵਰਾਂ ਦੇ ਵਾਸਤੇ, ਡੋਗਸ ਦੇ ਵਾਸਤੇ ਛੋਟਾ ਜਿਹਾ ਘਰ ਬਣਾਇਆ ਹੋਇਆ ਸੀ ਅਤੇ ਟੁੱਟ ਕੇ ਥੱਲੇ ਡਿੱਗ ਪਿਆ। ਐਕਚੁਅਲੀ ਮੈਨੂੰ ਲੱਗਦਾ ਕਿ ਡੋਗ ਇੱਥੋਂ ਬਾਹਰ ਆਉਣਾ ਚਾਹੁੰਦੇ ਹੋਣੇ, ਤਾਂ ਸਾਰੀਆਂ ਇੱਟਾਂ ਵੀ ਥੱਲੇ ਡਿੱਗ ਪਈਆਂ ਔਰ ਸਾਰਾ ਬਿਖਰ ਗਿਆ, ਕੱਪੜਾ ਵੀ ਪਾੜ ਚੁੱਕਿਆ। ਪਤਾ ਨਹੀਂ ਟਾਈਸਨ ਇਹਦੇ ਨਾਲ ਦੁਸ਼ਮਣੀ ਕਿਉਂ ਆ, ਬਟ ਉਹ ਟਾਈਸਨ ਦਾ ਪੱਕਾ ਦੋਸਤ ਆ, ਉਹਨੂੰ ਟਾਈਸਨ ਨਾਲ ਪਿਆਰ ਆ। ਜੇ ਕੋਈ ਟਾਈਸਨ ਨੂੰ ਪੈ ਜਾਵੇ ਪੂਰਾ ਬਦਲਾ ਲੈਂਦਾ। ਹੁਣ ਟਾਈਸਨ ਦੇਖੋ ਕਿੱਥੇ ਦੇਖੂਗਾ, ਕੀ ਲੈਣਾ, ਕੀ ਲੈਣਾ ਟਾਈਸਨ, ਕੀ ਲੈਣਾ, ਕੀ ਚਾਹੀਦਾ ਦੱਸ, ਕੀ ਚਾਹੀਦਾ, ਕੀ ਲੈਣਾ।
ਕੀ ਲੈਣਾ ਦੱਸ। ਚੱਲ ਠੀਕ ਹੈ ਫਿਰ ਮੈਂ ਚੱਲਿਆ। ਕੀ ਲੈਣਾ? ਹਾਂ ਦੱਸ ਕਿੱਥੇ ਕਿੱਥੇ? ਉਹ ਪਏ ਟਾਈਸਨ ਦੇ ਬਿਸਕਿਟ। ਟਾਈਸਨ ਦਾ ਧਿਆਨ ਹੈ ਕਿ ਹੁਣ ਮੈਨੂੰ ਬਿਸਕਿਟ ਦੇ। ਰੁਕ ਜਾ। ਟਾਈਸਨ ਦਾ ਬੈੱਡ। ਚਲੋ ਠੀਕ ਹੈ ਦੋਸਤੋ, ਅੱਜ ਦਾ ਵਲੋਗ ਅਸੀਂ ਇੱਥੇ ਖਤਮ ਕਰਦੇ ਹਾਂ। ਜੇ ਤੁਹਾਨੂੰ ਵਲੋਗ ਵਧੀਆ ਲੱਗਿਆ ਤਾਂ ਜ਼ਰੂਰ ਕਮੈਂਟ ਕਰਿਓ, ਨਹੀਂ ਤਾਂ ਕੋਈ ਦਿੱਕਤ ਨਹੀਂ। ਇਹ ਸ਼ਾਇਦ ਮੈਂ ਆਖਰੀ ਵਾਰ ਵਲੋਗ ਬਣਾ ਰਿਹਾ, ਪਹਿਲਾ ਵਲੋਗ ਹੈ ਔਰ ਆਖਰੀ ਵਲੋਗ ਹੈ। ਬਹੁਤ ਬਹੁਤ ਧੰਨਵਾਦ।